ਮੈਂ ਕਹਿੰਦਾ ਜੀ ਅਸੀਂ ਗਲੀ ਗਲੀ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਾਂ। ਜਿਹੜੀ ਵੀ ਕੋਈ ਨੈਸ਼ਨਲ ਪਾਰਟੀ ਹੈ ਉਹ ਕਦੇ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀ। ਜੇ ਉੱਧਰ ਚੱਲਿਆ ਆਪਣਾ ਨਰਕਾਂ ਨੂੰ ਚੱਲਿਆ ਕਿਤੇ, ਆ ਜਾਓ ਆ ਜਾਓ, ਇੱਕ ਨਾਰਾ ਰੱਖੋ, ਪੈਗ ਵਾਲੇ ਪੈਗ ਲਾਇਓ, ਭੁੱਕੀ ਵਾਲੇ ਭੁੱਕੀ ਖਾਇਓ, ਜਿੰਨੀ ਮਰਜ਼ੀ ਬੋਝ ਚੜਾਇਓ ਪਰ ਵੋਟਾਂ ਸਾਨੂੰ ਪਾਇਓ। ਜੋ ਨੌਜਵਾਨਾਂ ਨੂੰ ਨੌਕਰੀਆਂ ਛੋਕਰੀਆਂ ਆਪਣਾ ਆਪਣੇ ਵਾਲਾ ਬਦਲ ਗਿਆ ਐਮਐਲਏ ਕਾਂਗਰਸ 'ਚ ਬਦਲ ਗਿਆ, ਫਿਰ ਐਂ ਕਰੋ ਪੱਗਾਂ 'ਤੇ ਝੰਡੇ ਬਦਲੋ ਕਿ ਸਾਡੀ ਅਕਾਲੀ ਮਾਂ ਪਾਰਟੀ ਹੈ ਪਰ ਹੁਣ ਸਾਡੇ ਐਮਐਲਏ ਦੀ ਮਾਂ ਪਾਰਟੀ ਕਾਂਗਰਸ ਹੈ। ਦੋਨਾਂ ਪਾਰਟੀਆਂ ਨੇ ਧੋਖਾ ਕਰਿਆ ਸਾਡੀ ਕੰਸਟੀਟਿਊਂਸੀ ਦੇ ਐਮਐਲਏ ਸਾਹਿਬ ਨਾਲ। ਤੁਸੀਂ ਪੱਠੇ ਵੱਢ ਰਹੇ ਹੋ, ਸਾਡਾ ਐਮਐਲਏ ਤੁਹਾਨੂੰ ਪੱਠਿਆਂ ਦੀ ਪੰਡ ਚੁਕਾਊਗਾ। 13 ਦੇ 13 ਐਮਐਲਏ ਬਣਾ ਦਿਓ, ਸਾਡਾ ਹੱਥ ਸੈਂਟਰ 'ਚ ਪਹੁੰਚਾ ਦਿਓ, ਅਸੀਂ ਤੁਹਾਡੇ ਲਈ ਕਰਦੇ ਹਾਂਗੇ। ਉਹ ਲੋਕ ਡੰਡੇ ਮਾਰਨਗੇ, ਇਹ ਮੇਰਾ ਸਾਲਾ ਬਹਿਣਕਾ ਲੱਗਣਾ ਤੀਜੇ ਦਿਨ ਪਾਰਟੀ ਬਦਲ ਦਿੰਦਾ, ਕੀ ਦੀਨ ਮਾਨ ਹੈ ਕਿ ਵੋਟਾਂ ਜਿਹੜੀਆਂ ਮੋਹਰਾਂ ਲਾਉਣੀਆਂ ਬੀਜੇਪੀ ਦੇ ਨਿਸ਼ਾਨ 'ਤੇ ਉੱਤੇ ਰਹੀ। ਮੋਦੀ ਸਾਹਿਬ ਇੱਕ ਕਾਰ ਦੇਣਗੇ, ਜਿਵੇਂ ਪਹਿਲਾਂ 15 ਲੱਖ ਰੁਪਈਆ ਦਿੱਤਾ ਯੂਪੀ ਬਿਹਾਰ ਬੰਗਾਲ ਅਸਾਮ ਰਾਜਸਥਾਨ ਨੂੰ, ਸਾਡੇ ਪੰਜਾਬ ਨੂੰ ਤਾਂ ਨਹੀਂ ਦਿੱਤਾ, ਅਸੀਂ ਉਹ 'ਚ ਪਾਰਟੀ ਨਹੀਂ ਬਣਾਈ। ਅਕਾਲੀ ਦਲ ਪਾਰਟੀ ਜਿੰਦਾਬਾਦ, ਅਕਾਲੀ ਦਲ ਪਾਰਟੀ ਜਿੰਦਾਬਾਦ, ਜਿੱਤੂਗਾ ਬਈ ਜਿੱਤੂਗਾ, ਅਕਾਲੀ ਦਲ ਜਿੱਤੂਗਾ, ਜਿੱਤੇ ਪਏ ਆ ਵੱਟਦੇ ਪਏ ਆ ਜਿੱਤੇ ਪਏ ਜਿੱਤੇ। ਬਸ ਸਰਕਾਰ ਤਾਂ ਫੋਨ ਆਇਆ ਬਾਦਲ ਸਾਹਿਬ ਦਾ, ਹਲੋ ਬਾਦਲ ਸਾਹਿਬ ਦਾ ਫੋਨ ਆਇਆ ਓਏ, ਬਾਦਲ ਸਾਹਿਬ ਦਾ ਫੋਨ ਹੈ। ਹਾਂ ਸੁਖਵੀਰ ਬਾਦਲ ਸਾਹਿਬ ਤਾਂ ਮੇਰੀ ਵੀ ਗੱਲ ਕਰ ਜਾ ਪਰੇ ਸੁੱਡਲਾ, ਸੁਖਵੀਰ ਬਾਦਲ ਦਾ ਨਹੀਂ ਵੱਡੇ ਬਾਦਲ ਸਾਹਿਬ ਦਾ। ਵੱਡੇ ਬਾਦਲ ਸਾਹਿਬ ਦਾ ਫੋਨ ਕਿਵੇਂ ਆ ਗਿਆ? ਲੈ ਉਹ ਤਾਂ ਕਦੋਂ ਦੇ ਸਵਰਗ ਸੁਧਾਰ ਗਏ? ਓਏ ਸਵਰਗ ਤਾਂ ਸੁਧਾਰ ਗਏ, ਉੱਥੇ ਬੈਠਾ ਵੀ ਫਿਕਰ ਕਰੀ ਜਾਂਦਾ ਪਾਰਟੀ ਦਾ। ਹੋਰ ਹਾਂ ਉੱਤੇ ਬੈਠਾ ਵੀ, ਹੋਰ ਉੱਤੋਂ ਫੋਨ ਆਇਆ ਕਮੈਂਟ ਬਾਦਲ ਸਾਹਿਬ। ਹਾਂਜੀ ਬਾਦਲ ਸਾਹਿਬ ਪੈਰੀ ਪੈਂਦੇ ਆ। ਹਾਂਜੀ ਅਸੀਂ ਕੰਸਟੀਟਿਊਂਸੀ ਦੇ ਵਿੱਚ ਆ। ਵਧੀਆ ਜਿਹੜੀ ਉਹ ਜਿਹੜੇ ਆਪਾਂ ਉਹ ਤਾਂ ਗੱਲ ਹੋ ਗਈ ਸੀਗੀ ਬਾਦਲ ਸਾਹਿਬ, ਮੇਰੀ ਗੱਲ ਸੁਣੋ, ਉਹ ਗੱਲ ਹੋ ਗਈ ਜੀ, ਥੋਤੋਂ ਪਾਪ ਤਾਂ ਹੋਇਆ, ਡਲੇ ਮਾਰ ਰਹੇ ਆ ਲੋਕ, ਫਰਕ ਅੱਗੇ ਨੂੰ ਇੱਕ ਦੱਸ ਰਿਹਾ। ਅਕਾਲੀ ਦਲ ਪਾਰਟੀ ਜਿੰਦਾਬਾਦ, ਦੇਖੋ ਦੇਖੋ ਕਿਵੇਂ ਧੁੰਮਾਂ ਪੈ ਰਹੀਆਂ, ਨਹੀਂ ਲੋਕਾਂ ਨੂੰ ਪਤਾ ਲੱਗ ਗਿਆ। ਹਾਂ ਇੱਕ ਮਿੰਟ ਲਾ, ਹੁਣ ਛੋਟੇ ਬਾਦਲ ਸਾਹਿਬ ਦੇ ਵਿੱਚ ਆ ਰਿਹਾ। ਹਾਂਜੀ ਹਾਂਜੀ ਗੱਲ ਕਰੋ, ਛੋਟੇ ਬਾਦਲ ਸਾਹਿਬ ਤੋਂ ਕੀ ਲੈਣਾ? ਹਾਂ ਠੀਕ ਹੈ ਜੀ, ਬਸ ਠੀਕ ਹੈ, ਜਿੱਤਾਂਗੇ ਐਤਕੀ। ਤੁਹਾਡੇ ਬੇਟੇ ਨੂੰ ਮੁੱਖ ਮੰਤਰੀ ਦਿਸ ਰਿਹਾ ਮੈਨੂੰ। ਮੈਂ ਕਹਿੰਦਾ ਜੀ ਅਸੀਂ ਗਲੀ ਗਲੀ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਾਂ। ਬਿਲਕੁਲ ਜੀ, ਜੇ ਤੁਸੀਂ ਹੁੰਦੇ ਤਾਂ ਇੱਕ ਮਿੰਟ ਹਾਂ ਬਿਲਕੁਲ ਬਿਲਕੁਲ ਕਰਨੀ ਗੱਲ ਕਰਨੀ। ਇੱਕ ਮਿੰਟ ਜੀ, ਆਪਣਾ ਪਾਰਟੀ ਦਾ ਤੁਸੀਂ ਸੁਣਿਆ ਹੀ ਹੋਣਾ, ਆਪਣੇ ਆਉਣ ਦਾ ਹੁੰਦਾ ਸੀਗਾ ਜੀ, ਅਸੀਂ ਪਾਣੀ ਲੈ ਕੇ ਉਹਨਾਂ ਦੇ ਸਿੱਟੇ ਮਾਰਦੇ ਹੁੰਦੇ। ਤੁਸੀਂ ਬੇਫਿਕਰ ਹੋ ਜਾਓ ਬਾਦਲ ਸਾਹਿਬ, ਅਸੀਂ ਤੁਹਾਡੇ ਬੇਟੇ ਨੂੰ ਐਤਕੀ ਰਾਜ ਸਭਾ ਕੀ ਮੈਂ ਕਹਿੰਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਭਾ 'ਚ ਪਹੁੰਚਾ ਦੇਗੇ, ਸਾਡਾ ਜ਼ੋਰ ਲੱਗਿਆ ਹੋਇਆ। ਹਾਂ ਹਾਂ ਪ੍ਰਧਾਨ ਮੰਤਰੀ ਬਣਾਵਾਂਗੇ ਐਤਕੀ। ਅਕਾਲੀ ਦਲ ਪਾਰਟੀ ਜਿੰਦਾਬਾਦ, ਅਕਾਲੀ ਦਲ ਪਾਰਟੀ ਜਿੰਦਾਬਾਦ। ਹਾਂਜੀ ਬਾਦਲ ਸਾਹਿਬ, ਹਾਂ ਤੁਸੀਂ ਕੱਢਿਆ ਹੋ ਉੱਧਰ, ਠੀਕ ਹੈ ਉੱਧਰ ਚੱਲਿਆ ਆਪਣਾ ਨਰਕਾਂ ਨੂੰ ਚੱਲਿਆ ਕਿਤੇ, ਆ ਜਾਓ ਆ ਜਾਓ, ਅਕਾਲੀ ਦਲ ਪਾਰਟੀ ਜਿੰਦਾਬਾਦ, ਅਕਾਲੀ ਦਲ ਪਾਰਟੀ ਜਿੰਦਾਬਾਦ। ਹੁਣ ਆਪਾਂ ਐਂ ਕਰੀਏ, ਜੇ ਆਪਾਂ ਬੱਸ ਸਟੈਂਡ ਤੇ ਜਾ ਕੇ ਸੱਥ ਦੇ ਵਿੱਚ ਪ੍ਰਚਾਰ ਕਰ ਦਈਏ, ਉਹ ਆਪਣਾ ਫਰਜ਼ ਹੈ। ਕੱਟ ਕੀਤਾ ਭਾਈ ਜੀ, ਕੱਟ ਕਰਿਆ ਵਾ ਪੂਰਾ, ਚਾਹ ਪਾਣੀ ਦੇ ਇੰਤਜ਼ਾਮ ਹੁੰਦਾ ਵਾ, ਕੋਈ ਬਣਾਉਣ ਦੀ ਲੋੜ ਨਹੀਂ, ਪਾਰਟੀ ਫੰਡ ਪੂਰਾ ਵਧੀਆ। ਅਰੇ ਆ ਜਾ, ਵੋਟ ਪਾਉਣੀ ਐਤ ਕੀ, ਠੀਕ ਹੈ ਸੁਖਵੀਰ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਉਣਾ ਆਪਾਂ, ਠੀਕ ਹੈ? ਵਾਹ ਵੈਰੀ ਗੁੱਡ, ਬੱਚਾ ਹੈ ਬੱਚਾ। ਪੂਰੀ ਜਿੰਨੀ ਵੀ ਆਪਾਂ ਕੰਸਟੀਟਿਊਂਸੀ ਦੇ ਵਿੱਚ ਬਾਦਲ ਸਾਹਿਬ ਨੇ ਕਿਹਾ ਮੈਂ ਐਤਕੀ ਪ੍ਰਧਾਨ ਮੰਤਰੀ ਬਣ ਗਿਆ, ਉਹਦੇ ਵੱਡੂ
ਠੀਕ ਹੈ ਨਾ, ਠੀਕ ਹੈ, ਜਿੰਨਾ ਮਰਜ਼ੀ ਆਪਾਂ ਫੰਡ ਇਕੱਠਾ ਕਰ ਲਓ, ਲੁੱਟ ਕੇ ਖਾ ਜਾਂਗੇ ਪੰਜਾਬ ਨੂੰ। 13 ਦੀਆਂ 13 ਸੀਟਾਂ ਪੱਕੀਆਂ ਯਾਰ, ਮੈਂ ਕਹਿੰਦਾ ਆਪਾਂ 16-17 ਲੈ ਕੇ ਦੇਵਾਂਗੇ। 13 ਸੀਟਾਂ ਹੀ ਸਾਰੀਆਂ, ਕਹਿਣ ਦਾ ਫਰਜ਼ ਹੁੰਦਾ ਆ, ਵੋਟ ਪਾਉਣੀਆਂ ਬਾਈ, ਵੋਟ ਬਾਈ ਅੱਜ ਕੀ ਕਾਲੀਆਂ ਨੂੰ, ਠੀਕ ਹੈ ਨਾ, ਪੱਕੀ ਪਾਉਣੀ ਹੈ। ਹਾਂ ਠੀਕ ਹੈ, ਹੈ ਨਾ। ਅੱਛਾ ਇੱਕ ਗੱਲ ਹੋਰ ਆ, ਜਿਵੇਂ ਪਿੰਡ ਵਾਲਾ ਆਪਣਾ ਛੱਪੜ ਆ ਨਾ, ਆਹ ਇਹ ਬਾਦਲ ਸਾਹਿਬ ਨੇ ਬਣਾਇਆ ਸੀ। ਪਤਾ ਕਿਉਂ? ਉਹ ਕਹਿੰਦਾ ਸੀ ਇੱਥੇ ਬੱਸਾਂ ਚਲਾਵਾਂਗੇ, ਹੁਣ ਆਪਾਂ ਵੀ ਜੇ ਸਰਕਾਰ ਆ ਗਈ, ਕਿਸ਼ਤੀਆਂ ਕੁਸ਼ਤੀਆਂ, ਠੀਕ ਹੈ ਨਾ, ਇਹ ਨਾ ਮੰਨਿਓ ਵੀ ਗਰਮੀ ਆ ਰਹੀ ਹੈ, ਆਪਾਂ ਜਿੰਨਾ ਜ਼ੋਰ ਲਾਵਾਂਗੇ ਆਪਣੀ ਪਾਰਟੀ ਓਨੀ ਅੱਗੇ ਆਊ, ਓਨੀ ਅੱਗੇ ਆਊ, ਠੀਕ ਹੈ ਨਾ। ਪੁਰਾਣੀ ਪਾਰਟੀ ਹੈ ਇਹ, ਅਕਾਲੀ ਦਲ ਪਾਰਟੀ ਹੈ। ਹਾਂ ਹਾਂ ਯਾਰ ਗੱਲ ਸੁਣ, ਸਾਡੀ ਆਪਦੀ ਪਾਰਟੀ ਹੈ ਇਹ, ਮਾਂ ਪਾਰਟੀ ਹੈ, ਮਾਂ ਪਾਰਟੀ ਹੈ ਇਹ, ਮਾਂ ਪਾਰਟੀ ਯਾਰ, ਪਾਰਟੀ ਦਾ ਜਿੱਤੀ ਪਈ ਹੈ ਅੱਜ ਕੀ, ਬਸ ਇੱਕ ਸਿਰਫ ਹਾਂ, ਕਿਉਂਕਿ ਆਪਣੀ ਕੁਆਂਸੀ ਡੂਸੀ ਚ ਤਾਂ ਲੱਗ ਰਿਹਾ ਹੈ, ਖੇਤਰੀ ਪਾਰਟੀ ਹੈ, ਖੇਤਰੀ ਪਾਰਟੀ ਨੂੰ ਕਾਮਯਾਬ ਕਰਨਾ ਪੰਜਾਬ ਲਈ ਇਸ ਟਾਈਮ ਤੇ ਬਹੁਤ ਵੱਡੀ ਦੇਣ ਹੈ। ਵੋਟ ਕਾਲੀਆਂ ਨੂੰ ਲੈ, ਜ਼ਰੂਰੀ ਹੈ, ਇਹ ਬੰਦਾ ਹੋਰ ਪਾਰਟੀ ਦਾ ਸੀ, ਇਹ ਵੀ ਕਾਲੀਆਂ ਨੂੰ ਕਨਫਰਮ ਕਰ ਗਿਆ, ਆ ਥੜੇ ਤੇ ਪ੍ਰਚਾਰ ਕਰਨਾ ਜਾ, ਹਾਂ ਥੜੇ ਤੇ ਕਰਨਾ, ਆ ਜਾਓ ਆ ਜਾਓ ਕਰਾ, ਆ ਜਾਓ ਵੀ ਸੰਗ ਤੇ ਆ ਜਾਓ ਬਾਬਾ ਜੀ, ਮੈਂ ਮਾੜਾ ਜੀ ਸਪੀਚ ਕਰ ਲਈ ਆ। ਰੱਖੋ ਪੈਗ ਵਾਲੇ ਪੈਗ ਲਾਇਓ, ਭੁੱਕੀ ਵਾਲੇ ਭੁੱਕੀ ਖਾਇਓ, ਜਿੰਨੀ ਮਰਜ਼ੀ ਬੋਲ ਜੜਾਇਓ, ਪਰ ਵੋਟਾਂ ਸਾਨੂੰ ਪਾਇਓ, ਵੋਟਾਂ ਤੱਕੜੀ ਨੂੰ ਪਾਇਓ, ਤੱਕੜੀ ਨੂੰ ਪਾਇਓ, ਆਜੋ ਕਰ ਮਾੜਾ ਜਾ, ਬਸ ਫਿਰ ਇੱਥੇ ਸ਼ੁਰੂ ਕਰ ਦੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਫੋਨ ਸੁਣੋ, ਮੈਂ ਸਾਡੀ ਕੰਸਟੀਟਿਊਂਸੀ ਦੇ ਮੋਹਤਵਾਰ ਸੱਜਣ, ਭੈਣਾਂ ਭਰਾਵੋ ਬਜ਼ੁਰਗੋ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡੀ ਪਾਰਟੀ ਖੇਤਰੀ ਪਾਰਟੀ ਹੈ, ਮਾਂ ਪਾਰਟੀ ਹੈ, ਹਮੇਸ਼ਾ ਹੀ ਸਾਡੇ ਬਾਦਲ ਸਾਹਿਬ ਨੇ, ਪ੍ਰਧਾਨ ਸਾਹਿਬ ਨੇ ਪੰਜਾਬ ਦਾ ਫਿਕਰ ਕਰਿਆ, ਜੋ ਨੌਜਵਾਨਾਂ ਨੂੰ ਨੌਕਰੀਆਂ ਸ਼ੋਕਰੀਆਂ ਆਪਣਾ ਨੌਕਰੀਆਂ ਹਰ ਇੱਕ ਚੀਜ਼ ਦਿੱਤੀ, ਪੰਜਾਬ ਨੂੰ ਸਿਖਰਾਂ 'ਤੇ ਲੈ ਕੇ ਗਏ ਸਾਡੇ ਪ੍ਰਧਾਨ ਸਾਹਿਬ, ਸੜਕਾਂ ਦਾ ਜਾਲ ਵੀ ਵਿਛਾਇਆ। ਅੱਜ ਤੁਸੀਂ ਬੇਸ਼ੱਕ ਬੰਬ ਮਾਰ ਕੇ ਦੇਖੋ, ਸੜਕ ਨਹੀਂ ਟੁੱਟੂ, ਬੋਲੇ ਸੋਨਿਆਲ, ਸਤਿ ਸ਼੍ਰੀ ਅਕਾਲ। ਜੋ ਬਾਦਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਆ ਉਹ ਕਰਦੇ ਆ, ਹਾਲਾਂਕਿ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਬਦਨਾਮ ਕਰਨਾ ਚਾਹਿਆ, ਪਰ ਕਿੱਥੇ ਝੋਟਾ ਦੱਬਦਾ, ਜੋ ਕਹਿੰਦਾ ਉਹ ਕਰਦਾ, ਜੋ ਕਹੂਗਾ ਮਹਾ ਮੋਟਰਾਂ ਦੇ ਬਿੱਲ ਮਾਫ਼ ਕਰੇ। ਦੋਸਤੋ ਇੱਕ ਭਈਆ ਸਾਡੇ ਨਾਲ ਬਾਦਲ ਸਾਹਿਬ ਨੇ ਫ੍ਰੀ ਲਾਤਾ, ਅਸੀਂ 1.5 ਲੱਖ ਬਿੱਲ ਭਰਦੇ ਸੀ, ਉਹ ਮਾਫ਼ ਹੋ ਗਿਆ, ਅਸੀਂ ਉਹੀ ਭਈਏ ਨੂੰ ਪੈਸੇ ਦਿੰਦੇ ਹਾਂ। ਕਿਆ ਕਹਿਣੇ, ਕਿਆ ਕਹਿਣੇ ਸਾਡੇ ਪ੍ਰਧਾਨ ਸਾਹਿਬ ਦੇ, ਹਮੇਸ਼ਾ ਤੁਹਾਡੇ ਮੋਢੇ ਨਾਲ ਮੋਢਾ ਤੇ ਗੋਡੇ ਨਾਲ ਗੋਡਾ, ਹਮੇਸ਼ਾ ਪ੍ਰਧਾਨ ਸਾਹਿਬ ਤੁਹਾਡੇ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਹਾਜ਼ਰ ਹੁੰਦੇ ਰਹੇ। ਬੈਠ ਜਾ ਬੱਚਾ, ਬਹਿ ਜਾ ਬਹਿ ਜਾ, ਭਾਸ਼ਣ ਖਰਾਬ ਨਾ ਕਰੋ, ਭਾਸ਼ਣ ਖਰਾਬ ਨਾ ਕਰੋ, ਬਹਿ ਜਾ ਪਲੀਜ਼, ਬਹਿ ਜਾ, ਟੋਫੀਆਂ ਦੇ ਦਿਓ ਇਹਨਾਂ ਨੂੰ, ਹਮੇਸ਼ਾ ਪ੍ਰਧਾਨ, ਇਕੱਠ ਬਹੁਤ ਹੈ, ਇਕੱਠ ਬਹੁਤ ਹੈ, ਹਮੇਸ਼ਾ ਪ੍ਰਧਾਨ ਸਾਹਿਬ ਤੁਹਾਡੇ ਮੋਢੇ ਨਾਲ ਮੋਢਾ ਤੇ ਗੋਡੇ ਨਾਲ ਗੋਡਾ ਤੇ ਡੋਡੇ ਨਾਲ ਡੋਡਾ ਜੋੜ ਕੇ ਖੜੇ ਆ। ਜੇ ਕਿਤੇ ਸਾਡੀ ਸਰਕਾਰ ਆ ਗਈ, ਚਿੱਟਾ ਮੁਫ਼ਤ ਕਰਾਂਗੇ, ਡੋਡੇ ਫੀਮ ਦੀ ਆਜ਼ਾਦੀ ਦੇਵਾਂਗੇ। ਜੋ ਬਾਦਲ ਸਾਹਿਬ ਕਹਿੰਦੇ ਆ ਉਹ ਕਰਦੇ ਆ, ਜੋ ਕਿਹਾ ਉਹ ਕਰਨਗੇ।
ਅਸੀਂ ਫੁੱਦੂ ਫੜਾ ਨਹੀਂ ਮਾਰਦੇ, ਬਸ ਇੱਕ ਮੌਕਾ ਦੇ ਦਿਓ ਐਤਕੀ, ਐਤਕੀ ਇੱਕ ਮੌਕਾ ਦੇ ਦਿਓ, ਜੋ ਪਿੱਛੇ ਗਲਤੀਆਂ ਕਰੀਆਂ ਉਹ ਨਹੀਂ ਕਰਾਂਗੇ। ਇਹ ਸਾਡੇ ਪ੍ਰਧਾਨ ਸਾਹਿਬ ਦਾ ਵਾਅਦਾ ਹੈ। ਨੌਜਵਾਨਾਂ ਦੇ ਦਿਨਾਂ ਦੀ ਧੜਕਣ ਸਾਡੇ ਆਪਣਾ ਆਪਣੇ ਬਦਲ ਗਏ ਐਮਐਲਏ ਕਾਂਗਰਸ, ਫਿਰ ਐਂ ਕਰੋ ਪੱਗਾਂ ਤੇ ਝੰਡੇ ਬਦਲੋ। ਸਾਰੀ ਸੰਗਤ ਨੂੰ ਬੇਨਤੀ, ਸਾਨੂੰ ਦੋ ਮਿੰਟ ਦਿਓ, ਦੋ ਮਿੰਟ ਦਿਓ ਕੋਈ ਮੀਟਿੰਗ ਕਰਨੀ ਹੈ, ਇੱਥੇ ਬੈਠੇ ਰਹੋ, ਇੱਥੇ ਗੱਲ ਪੌਜ ਕਰ ਲਓ, ਮਾੜੀ ਜਿਹੀ ਮੀਟਿੰਗ ਕਰਨੀ ਹੈ, ਇੱਥੇ ਗੱਲ ਸੁਣੀ। ਹੁਣ ਬਹਿਣ ਕਾ ਲੱਗੜਾ, ਹੁਣ ਕਿਵੇਂ ਕਰੀਏ, ਕਿਹੜੀ ਪਾਰਟੀ ਜੁਆਇਨ ਕਰ ਗਿਆ? ਹੁਣ ਜਦੋਂ ਕਰ ਗਏ ਕਾਂਗਰਸ, ਆਪਾਂ ਤਾਂ ਕਾਂਗਰਸ ਵੀ ਨਹੀਂ ਜਾਣਾ, ਆਪਾਂ ਤਾਂ ਐਮਐਲਏ ਦੇ ਵਰਕਰ ਹਾਂ, ਆਪਾਂ ਤਾਂ ਵਰਕਰ ਆਏ ਕਰੋ, ਲਿਆਓ ਕਾਂਗਰਸ ਦੇ ਝੰਡੇ ਦੇ ਪੱਗਾਂ ਬੰਨੋ, ਜਾਂਦੇ ਪਏ ਦਬਦ, ਆਜੋ ਬੰਨੋ, ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਬਸ ਆਜੋ ਇੱਥੇ ਹੀ, ਇੱਥੇ ਹੀ ਚੜ ਜਾਈਏ, ਕੋਈ ਨਹੀਂ ਬਾਪੂ ਬੈਠੋ, ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਸੋ ਦੋਸਤੋ, ਜਿਵੇਂ ਸਾਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਸਾਡੇ ਐਮਐਲਏ ਸਾਹਿਬ ਨਾਲ ਅਕਾਲੀ ਦਲ ਨੇ ਬੈਤਕਰਾ ਕਰਿਆ, ਭੇਦ ਭਾਵ ਕਰਿਆ, ਸਾਡਾ ਐਮਐਲਏ ਸਾਡੀ ਕੰਸਟੀਟਿਊਂਸੀ ਦੇ ਵਿੱਚ ਅਣਥੱਕ ਤੇ ਘੈਂਟ ਐਮਐਲਏ ਆ, ਇਹ ਜਿਹਾ ਐਮਐਲਏ ਸਾਨੂੰ ਨਹੀਂ ਮਿਲਣਾ। ਦੋਸਤੋ, ਭੈਣੋ, ਭਰਾਵੋ, ਆਪਾਂ ਤਨੋ ਮਨੋ ਤਨੋ ਕਣੋ ਜ਼ੋਰ ਲਾ ਕੇ ਸਾਡੇ ਐਮਐਲਏ ਸਾਹਿਬ ਨੂੰ ਕਾਂਗਰਸ ਪਾਰਟੀ ਦਾ ਐਮਪੀ ਘੋਸ਼ਿਤ ਕਰਨਾ, ਤਾਂ ਜੋ ਸਾਡੇ ਇਲਾਕੇ ਦੀ, ਸਾਡੀ ਕੰਸਟੀਟਿਊਂਸੀ ਦੀ ਆਵਾਜ਼ ਦਿੱਲੀ ਤੱਕ ਗੂੰਜੇ। ਸਾਡੇ ਕੰਮ, ਸਾਡੇ ਤਨ, ਸਾਡੇ ਚੰਨ ਸਾਰੇ ਹੋ ਸਕਣ। ਪਾਣੀ ਦਾ ਇੰਤਜ਼ਾਮ ਕਰੋ। ਕਾਂਗਰਸ ਪਾਰਟੀ ਜਿੰਦਾਬਾਦ। ਹਾਏ ਹਾਏ, ਠੀਕ ਹੈ। ਬਾਕੀ ਜਿਵੇਂ ਤੁਸੀਂ ਜਾਣਦੇ ਹੋ, ਸਾਡੇ ਐਮਐਲਏ ਸਾਹਿਬ ਯੁਵਾ ਨੇਤਾ, ਨਵੀਂ ਸੋਚ ਹੈ, ਸੱਚ ਦੇ ਪਹਿਰਾ ਦੇਣ ਵਾਲੇ ਬੰਦੇ ਹੈ। ਪਹਿਲਾਂ ਉਹ ਅਕਾਲੀ ਦਲ 'ਚ ਸੀ, ਉਹਨਾਂ ਨੇ ਪਾਰਟੀ ਕਿਉਂ ਛੱਡੀ ਤੁਹਾਨੂੰ ਸਭ ਨੂੰ ਪਤਾ, ਸਾਡੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਹੋਇਆ, ਇਸ ਕਰਕੇ ਉਹਨਾਂ ਨੇ ਪਾਰਟੀ ਬਦਲੀ। ਪਹਿਲਾਂ ਸਾਡੇ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਸਾਡੀ ਅਕਾਲੀ ਮਾਂ ਪਾਰਟੀ ਹੈ, ਪਰ ਹੁਣ ਸਾਡੇ ਐਮਐਲਏ ਦੀ ਮਾਂ ਪਾਰਟੀ ਕਾਂਗਰਸ ਹੈ, ਕਾਂਗਰਸ ਪਾਰਟੀ ਜਿੰਦਾਬਾਦ। ਬਾਕੀ ਸਾਡੇ ਐਮਐਲਏ ਸਾਹਿਬ ਨੇ, ਦੋਸਤੋ, ਨੌਜਵਾਨ ਹੈ, ਕਿਉਂ ਪਾਰਟੀ ਬਦਲੀ? ਕੁਐਸਚਨ ਕਰਿਆ ਬਜ਼ੁਰਗਾਂ ਨੇ ਵੀ 10 ਮਿੰਟ ਪਹਿਲਾਂ ਤਾਂ ਅਕਾਲੀ ਦਲ ਸੀ, ਕਿਉਂਕਿ ਬੇਅਦਬੀ ਦਾ ਬਦਲਾ ਇਨਸਾਫ਼ ਨਹੀਂ ਮਿਲਿਆ, ਇਸ ਕਰਕੇ ਸਾਡੇ ਐਮਐਲਏ ਨੇ ਪਾਰਟੀ ਬਦਲੀ। ਜਵਾਕੋ, ਵੋਟਾਂ ਆਪਾਂ ਐਤਕੀ ਕਾਂਗਰਸ ਨੂੰ ਪਾਉਣੀਆਂ, ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਬਾਕੀ ਜਿੰਨੇ ਵੀ ਭੇਜੋ, ਬਿਠਾ ਲਓ ਹਾਂ। ਬਾਕੀ ਸਾਡੀ ਕਾਂਗਰਸ ਪਾਰਟੀ ਮਾਂ ਪਾਰਟੀ ਹੈ, ਅਸੀਂ ਇਹਨੂੰ ਕਦੇ ਨਹੀਂ ਛੱਡ ਕੇ ਜਾਵਾਂਗੇ। ਰਾਹੁਲ ਗਾਂਧੀ ਸਾਹਿਬ ਦੀ ਤਰੀਕ, ਰਾਹੁਲ ਗਾਂਧੀ ਸਾਹਿਬ ਸਾਡੀ ਉੱਚ ਕੋਟੀ ਦੇ ਪ੍ਰਧਾਨ ਨੇ, ਜੋ ਕਿਹਾ ਉਹ ਕਰਨਗੇ। ਪ੍ਰਧਾਨ ਸਾਹਿਬ ਨੂੰ ਕਿਹਾ, ਐਮਐਲਏ ਸਾਹਿਬ ਨੂੰ ਕਿ ਜੋ ਮੰਗੋਗੇ ਅਸੀਂ ਦੇਵਾਂਗੇ। ਬਿਲਕੁਲ, ਮੋਦੀ ਨੂੰ ਠੋਕਿਆ, ਤੁਸੀਂ ਜਾਣਦੇ ਹੋ ਜਦੋਂ ਸਾਡੀ ਪਾਰਟੀ ਕਾਂਗਰਸ ਦਾ ਨਾਂ ਰਾਜ ਸੀ, ਮੋਦੀ ਸਾਹਿਬ ਨੂੰ ਕਿਵੇਂ ਠੋਕਿਆ, ਹਿੱਕ ਠਾਕ ਕੇ ਖੜੇ ਚੰਨੀ ਸਾਹਿਬ। ਸਾਨੂੰ ਮੁੱਖ ਮੰਤਰੀ ਚੰਨੀ ਵਰਗਾ ਚਾਹੀਦਾ, ਸਾਨੂੰ ਮੁੱਖ ਮੰਤਰੀ ਚੰਨੀ ਵਰਗਾ ਚਾਹੀਦਾ, ਕਾਂਗਰਸ ਪਾਰਟੀ ਜਿੰਦਾਬਾਦ। ਬਾਕੀ ਦੋਸਤੋ, ਜੋ ਕਹੋਗੇ ਤੁਹਾਨੂੰ ਮਿਲੂਗਾ। ਚੰਨੀ ਸਾਹਿਬ ਨੂੰ, ਜਿਵੇਂ ਮੇਰੇ ਦੋਸਤ ਨੇ ਦੱਸਿਆ, ਵਾਟਸਐਪ ਨੇ, ਚੰਨੀ ਸਾਹਿਬ ਨੂੰ ਕੰਮ ਸਾਰੇ ਆਉਂਦੇ ਆ, ਮੰਜਾ ਉਹ ਬੁਣ ਲੈਂਦੇ ਆ,
ਤਾਰਾਂ ਉਹ ਕੱਢ ਲੈਂਦੇ ਆ, ਪੱਠੇ ਉਹ ਕੁਦਰ ਲੈਂਦੇ ਆ, ਯਾਰ ਆਉਂਦਾ ਕੀ ਨਹੀਂ ਸਾਨੂੰ ਇਹੋ ਜਿਹਾ ਮੁੱਖ ਮੰਤਰੀ ਦੀ ਲੋੜ ਹੈ। ਕਾਂਗਰਸ ਪਾਰਟੀ, ਕਾਂਗਰਸ ਪਾਰਟੀ। ਐਮਐਲਏ ਸਾਹਿਬ ਤਾਂ ਉੱਧਰ ਚਲੇ ਗਏ, ਚੱਲ ਹੋਣਾ ਤੇ ਕਾਂਗਰਸ ਪਾਰਟੀ ਛੱਡ ਗਏ, ਕਾਂਗਰਸ ਪਾਰਟੀ ਛੱਡ ਗਏ, ਆਮ ਆਦਮੀ ਪਾਰਟੀ ਚਲੇ ਗਏ। ਯਾਰ ਕਮਾਲ ਦੀ ਗੱਲ ਹੋ ਗਈ ਹੈ, ਹੋਰ ਯਾਰ ਮੇਰੇ ਤਾਂ ਸੰਗ ਪਾਟਿਆ ਪਿਆ, ਹੁਣ ਐਂ ਕਰੋ ਆਮ ਆਦਮੀ ਪਾਰਟੀ ਚਲੇ ਗਏ, ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੋ, ਉਹਨਾਂ ਨੂੰ ਬੰਦ ਕਰੋ, ਝੰਡੇ ਬਦਲੋ, ਝੰਡੇ ਬਦਲੋ, ਡੰਡੇ ਬਦਲੋ, ਪੱਗਾਂ ਬਦਲੋ, ਡੰਡੇ ਬਦਲੋ, ਪੱਗਾਂ ਬਦਲੋ, ਆਜੋ ਤਾਂ ਬਦਲੋ। ਇੱਕ ਮਿੰਟ ਆਏ ਬਾਈ, ਬੈਠੋ, ਆਈ ਬੈਠੋ ਬੈਠੋ ਬੈਠੋ। ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ। ਮੜਾ ਸਾਈਡ ਤੇ ਬਾਪੂ, ਕੋਈ ਨਹੀਂ ਭਾਈ ਭਾਈ, ਨਾ ਕੋਈ ਨਹੀਂ। ਸੋ ਦੋਸਤੋ, ਸਾਡੇ ਐਮਐਲਏ ਸਾਹਿਬ ਨੇ ਇੱਕ ਨਿਸ਼ਚੇ ਕਰਿਆ, ਉਹ ਪਹਿਲਾਂ ਅਕਾਲੀਆਂ ਸੀ, ਫਿਰ ਕਾਂਗਰਸ ਜਾਵੜੇ, ਤੇ ਹੁਣ ਦੋਨੇ ਪਾਰਟੀਆਂ ਨੇ ਧੋਖਾ ਕਰਿਆ ਸਾਡੀ ਕੰਸਟੀਟਿਊਂਸੀ ਦੇ ਐਮਐਲਏ ਸਾਹਿਬ ਨਾਲ। ਜੋ ਐਮਐਲਏ ਸਾਹਿਬ ਕਹਿੰਦੇ ਆ ਉਹ ਕਰਦੇ ਆ, ਸੱਚੇ ਤੇ ਸੁੱਚੇ ਐਮਐਲਏ ਸਾਹਿਬ ਜੋ ਗੱਲ ਕਹਿਤੀ ਉਹ ਪੂਰੀ ਕਰਨੀ ਆ, ਜਿੱਥੇ ਪੈਰ ਰੱਖਤਾ ਪੈਰ ਪੱਟਣਾ ਨਹੀਂ। ਸੋ ਅਕਾਲੀਆਂ ਨੇ ਵੀ ਸਾਡੇ ਐਮਐਲਏ ਸਾਹਿਬ ਨਾਲ ਧੋਖਾ ਕਰਿਆ, ਸਾਡੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੇ ਅੱਜ ਵਿਧਾਨ ਸਾਹਿਬ ਕਿਉਂ ਨਹੀਂ ਮਿਲਿਆ, ਤੇ ਪ੍ਰਧਾਨ ਸਾਹਿਬ ਤੋਂ ਜਵਾਬ ਨਹੀਂ ਮਿਲਿਆ। ਐਮਐਲਏ ਸਾਹਿਬ ਰੋਂਦੇ ਰੋਂਦੇ ਸਾਡੇ ਵਰਕਰਾਂ ਕੋਲ ਆਏ, ਅਸੀਂ ਕਿਹਾ ਪਾਰਟੀ ਮਾਦਰ ਦਿਓ, ਕਾਂਗਰਸ 'ਚ ਜਾਵੜੇ। ਉਹ ਕਾਂਗਰਸ ਦੇ ਵਿੱਚ ਜਾਣ ਤੋਂ ਬਾਅਦ 'ਚ ਉਹਨੂੰ ਪਤਾ ਲੱਗਿਆ ਕਿ ਸਾਡੇ ਪ੍ਰਧਾਨ ਸਾਹਿਬ ਨੇ ਤਾਂ ਮੈਰਿਜ ਨਹੀਂ ਕਰਾਈ, ਸੜੇ ਹਲੇ ਤੱਕ, ਜਿਹਨੇ ਆਪਦਾ ਘਰ ਨਹੀਂ ਵਸਾਇਆ ਪੰਜਾਬ ਦਾ ਕਿੱਥੋਂ ਵਸਾ ਦੂ। ਸੋ ਸਾਡੇ ਐਮਐਲਏ ਸਾਹਿਬ ਪਾਰਟੀ ਬਦਲ ਕੇ ਆਮ ਆਦਮੀ ਜਾਵੜੇ, ਸਾਡੀ ਮਾਂ ਪਾਰਟੀ ਆਮ ਆਦਮੀ, ਆਮ ਆਦਮੀ ਸਾਡੀ ਮਾਂ ਪਾਰਟੀ। ਸੋ ਦੋਸਤੋ, ਆਮ ਆਦਮੀ ਪਾਰਟੀ ਤੁਹਾਡੇ 'ਚ ਉੱਠੀ ਹੋਈ ਪਾਰਟੀ ਹੈ, ਕਦੇ ਸਾਡੇ ਐਮਐਲਏ ਸਾਹਿਬ ਦੇ ਬੱਤੀ ਲੱਗੀ ਦੇਖੋਗੇ ਨਹੀਂ, ਸਾਡੇ ਐਮਐਲਏ ਸਾਹਿਬ ਤੁਹਾਡੇ 'ਚ ਹੀ ਰਹਿਣਗੇ। ਹੋ ਸਕਦਾ ਸਾਡਾ ਐਮਐਲਏ ਤੁਹਾਡੇ ਪਿੰਡ 'ਚ ਦੀ ਲੰਘ ਰਿਹਾ ਹੋਵੇ, ਤੁਸੀਂ ਪੱਠੇ ਵੱਢ ਰਹੇ ਹੋ, ਸਾਡਾ ਐਮਐਲਏ ਤੁਹਾਨੂੰ ਪੱਠਿਆਂ ਦੀ ਪੰਡ ਚੁਕਾਊਗਾ। ਜੇ ਤੁਸੀਂ ਪਾਣੀ ਲਾ ਰਹੇ ਹੋ ਤੇ ਤੁਹਾਡੇ ਤੋਂ ਕਹੀ ਪੜ ਕੇ ਸਾਡਾ ਐਮਐਲਏ ਤੁਹਾਡੇ ਕਣਕ ਨੂੰ ਝੋਨੇ ਨੂੰ ਪਾਣੀ ਲਾਊਗਾ। ਸਾਡੀ ਪਾਰਟੀ ਦਾ ਇੱਕੋ ਹੀ ਨਾਰਾ, ਅਸੀਂ VIP ਕਲਚਰ ਖਤਮ ਕਰਨਾ। ਸਾਡੇ ਪ੍ਰਧਾਨ ਸਾਹਿਬ ਮਾਨ ਸਾਹਿਬ ਨੇ ਦੱਸਿਆ, ਕਹਿੰਦੇ ਅਸੀਂ ਸਾਡੇ 13 ਦੇ 13 ਐਮਐਲਏ ਬਣਾ ਦਿਓ, ਸਾਡਾ ਹੱਥ ਸੈਂਟਰ 'ਚ ਪਹੁੰਚਾ ਦਿਓ, ਅਸੀਂ ਤੁਹਾਡੇ ਲਈ ਕਰ ਦਿਆਂਗੇ। ਦੇਖਿਆ ਹੋਣਾ ਸਭਾ ਦੇ ਵਿੱਚ ਸਾਡੇ ਮਾਨ ਸਾਹਿਬ ਮੁੱਖ ਮੰਤਰੀ ਕੈਲ ਸਾਹਿਬ ਨਾਲ ਵਿਰੋਧੀ ਨੂੰ ਕਹਿ ਰਹੇ ਸੀ ਠੋਕ ਦਿਆਂਗੇ, ਜੇ ਤੁਸੀਂ 13 ਦੀਆਂ 13 ਸੀਟਾਂ ਸਾਡੇ ਆਮ ਆਦਮੀ ਦੀ ਝੋਲੀ 'ਚ ਪਾ ਦਿਆਂ ਤਾਂ ਦਾਅਵੇ ਨਾਲ ਕਹਿੰਦੇ ਆ ਪੰਜਾਬ ਦਾ ਹਾਲਾਤ ਬਦਲ ਦੂਗੇ। ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ। ਸੋ ਦੋਸਤੋ, ਬਸ ਇੱਕ ਵਾਰ 13 ਦੇ 13 MP ਬਣਾ ਕੇ ਸੈਂਟਰ 'ਚ ਭੇਜ ਦਿਓ, ਪੰਜਾਬ ਦੀ ਨਹਾਰ ਬਦਲ ਦੇਗਾ। ਮਾਨ ਸਾਹਿਬ ਜੋ ਕਹਿੰਦੇ ਆ ਉਹ ਆਪਣੇ ਐਮਐਲਏ ਸਾਹਿਬ ਤੋਂ ਉੱਧਰ VJP 'ਚ ਚਲੇ ਗਏ, ਉਹ ਤਾਂ ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਨਹੀਂ, ਉਹਦਾ ਕੋਈ ਦੀਨ ਮਾਨ ਹੈ ਬਹਿਣ ਕੇ ਲੱਕੜੇ ਦਾ? ਪਹਿਲਾਂ ਅਕਾਲੀਆਂ ਸੀ, ਫਿਰ ਕਾਂਗਰਸ ਸੀ, ਫਿਰ ਹੁਣ ਆਮ ਜਾਵੜਿਆ, ਹੁਣ VJP ਜਾਵੜਿਆ। ਪਤਾ ਯਾਰ, ਐਮਐਲਏ ਸਾਹਿਬ ਨੇ ਕਰਨਾ।
ਲੋਕ ਡੰਡੇ ਮਾਰਨਗੇ, ਇਹ ਮੇਰਾ ਸਾਲਾ ਬਹਿਣ ਕਰ ਲੱਗਣਾ, ਤੀਜੇ ਦਿਨ ਪਾਰਟੀ ਬਦਲ ਦਿੰਦਾ। ਕੀ ਦਿਨ ਮਾਨ ਹੈ? ਬੀਜੇਪੀ ਪਾਰਟੀ ਜਿੰਦਾਬਾਦ, ਬੀਜੇਪੀ ਪਾਰਟੀ ਜਿੰਦਾਬਾਦ, ਬੀਜੇਪੀ ਪਾਰਟੀ ਜਿੰਦਾਬਾਦ, ਮੋਦੀ ਸਾਹਿਬ ਜਿੰਦਾਬਾਦ, ਨਰਿੰਦਰ ਮੋਦੀ ਸਾਹਿਬ ਜਿੰਦਾਬਾਦ। ਸੋ ਦੋਸਤੋ, ਸਾਡੀ ਕੰਸਟੀਟਿਊਂਸੀ ਦੇ MLA ਸਾਹਿਬ, ਉਹਨਾਂ ਨੇ ਤਿੰਨਾਂ ਪਾਰਟੀਆਂ ਨੂੰ ਖਾਰਜ ਕਰਦੇ ਹੋਏ ਇਸ ਵਾਰ ਜੋ ਨਿਰਣੇ ਲਿਆ ਬੀਜੇਪੀ ਦਾ, ਮੋਦੀ ਸਾਹਿਬ ਨੇ ਕੀ ਨਹੀਂ ਕਰਿਆ? ਮੋਦੀ ਸਾਹਿਬ, ਸਾਡੀ ਜਿਹੜੀ ਪੈਸੇ ਵਾਲੀ ਗੱਲਬਾਤ ਹੁੰਦੀ ਹੈ ਉਹਨੂੰ ਸਿਰੇ 'ਤੇ ਲੈ ਗਏ, ਪੈਸੇ ਕਢਾਏ। ਮੋਦੀ ਨੇ ਘਰ ਘਰ ਨੌਕਰੀ ਅਤੇ ਘਰ ਘਰ ਨੌਕਰੀ ਦਿੱਤੀ। ਮਨ ਕੀ ਬਾਤ ਕਿਸੇ ਪ੍ਰਧਾਨ ਮੰਤਰੀ ਨੇ ਕਰੀ? ਸੋ ਇਹ ਸਾਨੂੰ ਲੋੜ ਹੈ ਜੇ ਇਸ ਵਾਰ ਪੰਜਾਬ ਦੇ ਵਿੱਚ ਅਸੀਂ BJP ਨੂੰ ਲੈ ਕੇ ਆ ਗਏ ਤਾਂ ਮੈਂ ਗੱਲ ਦਾ ਦਾਅਵਾ ਕਰਦਾ, ਸਾਡੇ ਪੰਜਾਬ ਦੀ ਨੂਹਾਰ ਬਦਲ ਜੂਗੀ। G20 ਸਾਫ ਕਰਾਇਆ ਮੋਦੀ ਨੇ, ਵੱਡੀ ਗੱਲ ਹੈ ਵਰਲਡ ਦੇ ਵਿੱਚ, ਇੰਡੀਆ ਨੂੰ, ਦੁਨੀਆ ਨੂੰ ਮੋਦੀ ਸਾਹਿਬ ਨੇ ਜਾਣ ਕਰਾਤਾ। ਸੋ ਇਸ ਵਾਰ ਤੁਸੀਂ ਵੋਟਾਂ ਜਿਹੜੀਆਂ ਮੋਹਰਾਂ ਲਾਉਣੀਆਂ BJP ਦੇ ਨਿਸ਼ਾਨ 'ਤੇ ਉੱਤੇ ਰਹੀ। ਹੁਣ ਕੀ ਕਰੀਏ, ਝੰਡੇ ਲਿਆ ਸੋ ਸਾਡੇ MLA ਸਾਹਿਬ ਪਾਰਟੀਆਂ ਬਾਹਲੀਆਂ ਬਦਲ ਗਏ, ਉਹ ਹੁਣ ਕੀ ਕਰੀਏ ਜੀ, ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ। ਤੁਹਾਨੂੰ ਲੱਗਦਾ ਹੋਊ ਅਸੀਂ ਟੁੱਕ ਟੇਰ ਹੈ, ਪਾਰਟੀਆਂ ਦੇ ਮਗਰ ਤੁਰੇ ਫਿਰਦੇ ਹਾਂ ਖਾਣ ਪੀਣ ਦੇ ਮਾਰੇ, ਹਾਂ ਪਰ ਅਸੀਂ MLA ਸਾਹਿਬ ਦੇ ਮਗਰ ਹੈ। ਸਾਡਾ MLA ਦਿਨ ਕਹੂ ਦਿਨ ਹੈ, ਰਾਤ ਕਹੂ ਰਾਤ ਹੈ। ਜਿਹੜੀ ਪਾਰਟੀ ਨੂੰ ਸਲਾਹੂਗਾ ਸਲਾਹਾਂਗੇ, ਜਿਹੜੀ ਨੂੰ ਨਿੰਦੂਗਾ ਨਿੰਦਾਂਗੇ, ਜਿਹਨੂੰ ਚੰਗਾ ਕਹੂਗਾ ਚੰਗਾ ਕਹਾਂਗੇ, ਜਿਹਨੂੰ ਗਾਲਾਂ ਕੱਢੂਗਾ ਕੱਢਾਂਗੇ। ਹਾਂ ਅਮਿਤ ਸ਼ਾਹ ਜੀ ਬਾਰੇ ਕਿਆ ਕਹਿਣਾ, ਸੜਕਾਂ ਭਾਰਤ ਮਾੜਾ, ਕੀ ਜੀਜਾ ਕੀ ਸਾਰਾ, ਕਰਦੇ ਕਾਲਾ ਮਾਲਾ, ਕਰਦੇ ਕਾਲਾ ਮਾਲਾ। ਦੋਸਤੋ, BJP ਨੂੰ ਲੈ ਕੇ ਆਓ, ਤੁਹਾਡੇ ਪੰਜਾਬ ਦੀ ਨਹਾਰ ਬਦਲ ਜੂਗੀ। ਘਰ ਘਰ ਦੇ ਵਿੱਚ ਮੋਦੀ ਸਾਹਿਬ ਇੱਕ ਕਾਰ ਦੇਣਗੇ, ਜਿਵੇਂ ਪਹਿਲਾਂ 15 ਲੱਖ ਰੁਪਈਆ ਦਿੱਤਾ ਯੂਪੀ, ਬਿਹਾਰ, ਬੰਗਾਲ, ਅਸਾਮ, ਰਾਜਸਥਾਨ ਨੂੰ, ਸਾਡੇ ਪੰਜਾਬ ਨੂੰ ਤਾਂ ਨਹੀਂ ਦਿੱਤਾ ਸੀ, ਉਹ 'ਚ ਪਾਰਟੀ ਨਹੀਂ ਬਣਾਈ। ਇਸ ਵਾਰ ਪਾਰਟੀ ਬਣਾਓ, ਘਰ ਘਰ ਦੇ ਵਿੱਚ 15 ਲੱਖ। ਤੁਹਾਨੂੰ ਸੰਗ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਪਾਰਟੀਆਂ ਪਿੱਛੇ ਲੜੀ ਜਾਂਦੇ ਹੋ, ਲੜਨਾ ਤਾਂ ਪੰਜਾਬ ਪਿੱਛੇ ਲੜੋ। ਤੁਹਾਨੂੰ ਮੈਂ ਆਹ ਕਮਲੇ ਸਮਝਦਾ ਲੋਕਾਂ ਨੂੰ, ਜਿਹੜਾ ਤੁਸੀਂ ਇੱਥੇ ਬੋਲ ਰਹੇ ਤਾਂ ਤੁਹਾਨੂੰ ਸੁਣੀ ਜਾਂਦੇ ਨੇ, ਤੁਹਾਨੂੰ ਸਵਾਲ ਜਵਾਬ ਕਿਉਂ ਨਹੀਂ ਕਰਦੇ? ਆਹ ਲੋਕ ਜਿਹੜੇ ਤੁਹਾਨੂੰ ਸੁਣੀ ਜਾਂਦੇ ਨੇ ਸਾਰੇ ਕਮਲੇ ਨੇਗੇ, ਨਾ ਕਰਦੇ ਨਹੀਂ, ਤੁਹਾਨੂੰ ਸਵਾਲ ਜਵਾਬ ਕਰਨ ਨਾ, ਜੇ ਤੁਹਾਨੂੰ ਪੁੱਛਾਂਗਾ ਤੇਰੇ ਲਾ ਕੇ ਥਾਪੜੇ ਇੱਥੇ ਭਜਾ ਆਉਣੇ, ਤੂੰ ਉੱਥੇ ਬੋਲਣ ਦਾ ਤੈਨੂੰ ਮੌਕੇ ਨਾ ਮਿਲਦਾ। ਸ਼ਰਮ ਕਰ, ਮੇਰੀ ਗੱਲ ਸੁਣ, ਤੂੰ ਕਹਿ ਲਿਆ ਸਿਆਣਾ ਵਿਹਣਾ ਬੰਦਾ ਹੈ, ਤੂੰ ਤੀਜੇ ਦਿਨ ਜਦੋਂ ਪਾਰਟੀ ਬਦਲਣ ਦੇ ਨੇਗੇ, ਉਹਨਾਂ ਨੇ ਪਾਰਟੀ ਬਦਲਦੀ, ਤੂੰ ਤਾਂ ਸਿਆਣਾ ਹੋ ਜਾ ਯਾਰ। ਹੁਣ ਅਸੀਂ ਕੀ ਕਰੀਏ ਜੀ? ਅਸੀਂ ਕੀ ਕਰੀਏ, ਅਸੀਂ ਕਰ ਨੂੰ ਕਰ ਕੇ ਨਹੀਂ ਸਕਦੇ, ਸਭ ਕੁਝ ਕਰ ਸਕਦੇ ਹਾਂ। ਅਸੀਂ ਜਿਹੜੀਆਂ ਪਾਰਟੀਆਂ ਪਿੱਛੇ ਲੜਦੇ ਹਾਂ, ਅਸੀਂ ਆਪਣੇ ਪੰਜਾਬ ਪ੍ਰਤੀ, ਆਪਣੇ ਲੋਕਾਂ ਪ੍ਰਤੀ ਲੜੀਏ। ਜਿਹੜੇ ਸਵਾਲ ਤੁਸੀਂ ਆ ਜਿਹੜੇ ਆਪਣੇ ਜਿਹੜਾ ਨੂੰ ਪੁੱਛਦੇ ਆ ਨਾ, ਤੁਹਾਡੇ ਫਰਜ਼ ਕਰਤਾ MLA, ਉਹ ਕੀ ਕਰਿਆ ਪਹਿਲਾਂ, ਉਹਨੇ ਕੀ ਕਰਿਆ ਪਹਿਲਾਂ, ਉਹ ਸੀਗਾ ਆਪਣਾ, ਨਾ ਨਾ ਪਹਿਲਾਂ ਉਹ ਸੀਗਾ ਆਪਣਾ ਉਹ 'ਚ BJP ਸੀਗਾ, BJP ਤੋਂ ਬਾਅਦ ਫਿਰ ਕੀ ਹੋ ਗਿਆ, ਫਿਰ ਉਹ 'ਚ ਕਾਂਗਰਸ 'ਚ ਵਗ ਗਿਆ, ਫਿਰ ਉਹ ਝਾੜੂ 'ਚ ਵਗ ਗਿਆ, ਹੁਣ ਫਿਰ BJP 'ਚ ਵਗ ਗਿਆ।
ਜਿਹੜਾ ਦਲ ਬਦਲ ਵਾਲਾ ਜਿਹੜਾ ਸਿਸਟਮ ਆ ਨਾ ਇਹਨੂੰ ਤੁਸੀਂ ਖੜਾ ਛੱਡੋ। ਜੇ ਤੁਸੀਂ ਚਾਹੁੰਦੇ ਹੋ ਕੋਈ ਭਲਾ ਚਾਹੁੰਦੇ ਹੋ ਪੰਜਾਬ ਦਾ ਤਾਂ ਇਹ ਪਾਰਟੀ ਪਿੱਛੇ ਲੜਨਾ ਬੰਦ ਕਰ ਦਿਓ। ਪਰ ਭਾਨਾ ਸਾਹਿਬ ਇਹ ਗੱਲ ਸਾਰੀ ਉਹ ਜਾ ਕੇ ਕਹਿੰਦੇ ਆ ਸਾਡੀ ਮਾਂ ਪਾਰਟੀ ਆ, ਅਸੀਂ ਮਗਰ ਉਹਦੇ ਬੱਚੇ ਸਮਝ ਕੇ ਲੱਗ ਜਾਂਦੇ ਹਾਂ। ਹੁਣ ਇਹਦਾ ਕੀ ਕਰੀਏ, ਉਹਨਾਂ ਦਾ ਵੀਰ ਮਾਨ ਹੀ ਹੈ ਨਹੀਂ ਮਗਰ। ਤੈਨੂੰ ਇਹ ਗੱਲ ਕਹਿਣਾ ਹੁਣ ਜਿਹੜੀ ਤੁਸੀਂ ਸਮਝਦਾਰੀ ਵਾਲੀ ਗੱਲ ਹੈ, ਇਹ ਪਾਰਟੀਆਂ ਬੋਰਡੀਆਂ ਤੋਂ ਕੁਛ ਨਹੀਂ ਮਿਲਣਾ, ਪੰਜਾਬ ਨੂੰ ਦਿਨੋ ਦਿਨ ਕੰਗਾਲ ਕਰਕੇ ਰੱਖਤਾ। ਜਿਹੜੀ ਵੀ ਕੋਈ ਨੈਸ਼ਨਲ ਪਾਰਟੀ ਹੈ ਉਹ ਕਦੇ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀ, ਚਾਹੇ ਉਹ ਬੀਜੇਪੀ ਹੈ ਚਾਹੇ ਕਾਂਗਰਸ ਹੈ। ਅੱਜ ਆਪਾਂ ਬੀਜੇਪੀ ਦੀ ਗੱਲ ਕਰਦੇ ਹਾਂ, ਪਹਿਲਾਂ ਕਾਂਗਰਸ ਸੀਗੀ, ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਹੁਣ ਆ ਝਾੜੂ ਵਾਲੇ ਨੇ ਗਏ, ਇਹ ਵੀ ਤੁਹਾਨੂੰ ਪਤਾ ਨੈਸ਼ਨਲ ਪਾਰਟੀ ਹੈ। ਆ ਝਾੜੂ ਵਾਲੇ ਕਹੀ ਜਾਂਦੇ ਨਾ ਦੂਜੇ ਤੀਜੇ ਦਿਨ, ਸਾਡਾ ਕੇਜਰੀਵਾਲ 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 ਨੇ ਪੰਜਾਬ ਦਾ ਸਭ ਤੋਂ ਵੱਧ ਭੱਠਾ ਤਾਂ ਇਹਨਾਂ ਨੇ ਵਹਾਇਆ। ਤੁਸੀਂ ਇਹ ਦੇਖੋ ਜਿਹੜਾ ਕਿ ਜਿੰਨਾ ਪਿੱਛੇ ਆਪਾਂ ਲੜੀ ਜਾਂਦੇ ਹਾਂ, ਆਹ ਸਾਡਾ 5000 ਕਰੋੜ ਸੈਂਟਰ ਗੌਰਮੈਂਟ ਰੁਕੀ ਖੜੀ ਹੈ, ਆਹ ਪਿੱਛੇ ਜਾ ਕੇ ਕਹਿੰਦੇ ਸਾਡਾ ਉਹ ਯੋਧਾ ਫੜ ਲਿਆ ਝਾੜੂ ਵਾਲਾ, ਜਿਹਦੇ ਪਿੱਛੇ ਉਹ ਨਾਰੇ ਉੱਥੇ ਮਾਰੀ ਜਾਂਦੇ ਸੀਗੇ, ਨਾਰੇ ਕਿਤੇ ਭਗਵੰਤ ਮਾਨ ਨੇ ਪੰਜਾਬ ਦੇ ਫੰਡਾਂ ਲਈ ਮਾਰਨ ਜਾ ਕੇ ਉੱਥੇ ਉਹਨਾਂ ਲਈ ਲੜਿਆ। ਇਸ ਕਰਕੇ ਤੁਸੀਂ ਜੇ ਲੜਨਾ ਤਾਂ ਪੰਜਾਬ ਲਈ ਲੜੋ, ਆਹ ਪਾਰਟੀਆਂ ਪਿੱਛੇ ਲੜਨਾ ਬੰਦ ਕਰੀਏ। ਇਹਨਾਂ ਨੂੰ ਆਹ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਇਹਨਾਂ ਨੂੰ ਸਵਾਲ ਜਵਾਬ ਕਰਨ ਨੂੰ ਪੁੱਛੋ, ਇਹਨਾਂ ਨੂੰ ਹਰ ਇੱਕ ਪਾਰਟੀ ਬਾਰੇ ਪੁੱਛੋ, ਕਿਤੇ ਤੀਜੇ ਦਿਨ ਉਹ ਬਦਲ ਕੇ ਦਲ ਬਦਲ ਕੇ ਆਉਂਦੇ ਨੇ ਕਿਤੇ ਉਹ ਦਲ ਬਦਲ ਕੇ ਆਉਂਦੇ। ਗੱਲ ਪਿੱਛੇ ਅਸੀਂ ਲੜ ਰਹੇ ਹਾਂ ਜਿਹੜਾ 5000 ਕਰੋੜ ਰੁਪਏ ਸੈਂਟਰ ਗਵਰਨਮੈਂਟ ਰੋਕੀ ਖੜੀ ਆ, ਸਾਡੇ ਏਪੀ ਸਾਹਿਬ ਜਿੱਤ ਕੇ ਉਹੀ ਲੈ ਕੇ ਬਸ ਕਰ ਯਾਰ, ਪਹਿਲਾਂ ਵੀ ਤਾਂ ਦੇ ਸਕਦੇ, ਰੋਕਿਆ ਤਾਂ ਪਹਿਲਾਂ ਤੁਸੀਂ ਹੋਇਆ ਨਾ। ਤੁਸੀਂ ਇਹ ਜਿਹੜੀਆਂ ਗੱਲਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੋ। ਸਾਡਾ ਕਿਸਾਨੀ ਧਰਨਾ ਚੱਲੀ ਜਾਂਦਾ, ਜੇ ਤੁਸੀਂ ਜਾਣਾ ਮੇਰੀ ਗੱਲ ਸੁਣ ਲਓ, ਜਾਣਾ ਤਾਂ ਉਹ ਧਰਨੇ ਦੇ ਵਿੱਚ ਉੱਥੇ ਜਾਓ। ਹੋਰ ਕਿ ਪੰਜਾਬ ਨੇ ਕਿੰਨੀਆਂ ਲੜਾਈਆਂ ਨੇਗੀਆਂ, ਆ ਪਹਿਲਾਂ ਤੁਸੀਂ ਬਾਦਲਾਂ ਝੰਡਾ ਦੇ ਕੀ ਫਿਰਦੇ, ਬਾਦਲਾਂ ਨੇ ਘੱਟ ਕੇ ਜਾ ਰਹੀ ਆ, ਅੱਜ ਕਹਿੰਦੇ ਅਸੀਂ ਪੰਥਕ ਪਾਰਟੀ ਦੀ ਗੱਲ ਕਰਦੇ ਹਾਂ, ਨੌਜਵਾਨਾਂ ਤੇ NSA ਪਹਿਲਾਂ ਉਹਨਾਂ ਨੇ ਲਵਾਇਆ, ਆ ਬੰਦੀ ਸਿੰਘਾਂ ਨੂੰ ਜਿਹੜੇ ਜਗਤਾਰ ਸਿੰਘ ਹਵਾਰੇ ਵਰਗੇ ਨੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਆਈ ਸੁਖਵੀਰ ਬਾਦਲ ਸੀਗਾ ਪਹਿਲਾਂ ਕੀ ਕਹਿੰਦਾ ਸੀ ਸੁਖਵੀਰ ਬਾਦਲ, ਉਹੀ ਅੱਤਵਾਦੀ ਕਹਿੰਦਾ ਸੀਗਾ। ਇਸ ਕਰਕੇ ਸ਼ਰਮ ਮੰਨੋ, ਇਹ ਸਾਰੇ ਕੁਰਸੀਆਂ ਦੇ ਯਾਰ ਨੇ, ਕੁਰਸੀਆਂ ਦੇ ਤੁਸੀਂ ਵੀ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਹੋ। ਤੁਹਾਨੂੰ ਪਤਾ ਕੀ ਕਹਿੰਦੇ ਨੇ, ਘੜਾਮ ਚੌਧਰੀ ਚਮਚੇ ਕਹਿੰਦੇ ਨੇਗੇ, ਚਮਚਾਗਰੀ ਕਰਨੀ ਬੰਦ ਕਰੋ, ਜੇ ਚਮਚਾਗਰੀ ਕਰਨੀ ਤਾਂ ਪੰਜਾਬ ਦੀ ਕਰੋ, ਲੋਕਾਂ ਦੀ ਚਮਚਾਗਰੀ ਕਰੋ। ਪਰ ਉਹ ਤਾਂ ਕਰੀਏ, ਪਰ ਸਾਨੂੰ ਵੀ ਤਾਂ ਦੱਸੋ ਸਾਡੇ ਲੋਕ ਭੋਲੇ ਭਾਲੇ, ਅਸੀਂ ਕਿੱਧਰ ਨੂੰ ਜਾਈਏ, ਅਸੀਂ ਕਿੱਧਰ ਨੂੰ ਜਾਈਏ, ਅਸੀਂ ਜਾਣ ਨੂੰ ਕਿੱਧਰ ਨੂੰ ਜਾਣ ਨੂੰ। ਤੁਸੀਂ ਪਹਿਲੀ ਗੱਲ ਤਾਂ ਇਹ ਵੀ ਜਦੋਂ ਹਰ ਇੱਕ ਲੀਡਰ ਨੂੰ ਸਵਾਲ ਕਰੋਗੇ ਖੜ ਕੇ, ਕਿਸੇ ਨੂੰ ਵੀ ਸਾਰੀਆਂ ਪਾਰਟੀਆਂ ਨੂੰ ਸਵਾਲ ਕਰੋ। ਬਿਲਕੁਲ ਸਹੀ ਗੱਲ ਹੈ, ਜਿਹੜਾ ਬੰਦਾ ਮੇਰਾ ਸਾਲਾ ਪਾਰਟੀ ਬਦਲ ਕੇ ਕਹਿੰਦਾ ਮੇਰੀ ਮਾਂ ਪਾਰਟੀ ਹੈ, ਫਿਰ ਕਹਿੰਦਾ ਮੇਰੀ ਮਾਂ ਪਾਰਟੀ ਹੈ, ਜਿਹੜਾ ਦੂਜੇ ਦਿਨ ਮਾਂ ਬਦਲ ਲੈਂਦਾ ਉਹ ਸਾਡਾ ਕਿੱਥੋਂ ਬਣੂ। ਹਾਂ।